ਸਤਿਕਾਲ ਜੀ ਮੈਂ ਤੁਹਾਡਾ ਆਪਣਾ ਤੁਹਾਨੂੰ ਜਿਹੜੀ ਵੀ ਤੁਸੀਂ ਦੇਖ ਰਹੇ ਹੋ ਜੀ ਮੇਰੇ ਨਾਲ ਆਇਆ ਵਾਲਾ ਵਲੌਗ ਤੇ ਅੱਜ ਦੇ ਵਲੌਗ 'ਚ ਤੁਹਾਡਾ ਸਵਾਗਤ ਆ ਤੇ ਵਲੌਗ ਸਟਾਰਟ ਕਰ ਲੈਂਦੇ ਹਾਂ ਤੇ ਅਸੀਂ ਅੱਜ ਛੇਕ ਰਹੇ ਹਾਂ ਜੀ ਧੁੱਪ ਬੜੀ ਸੋਹਣੀ ਜਿਹੜੀ ਧੁੱਪ ਲੱਗੀ ਹੋਈ ਹੈ ਅੱਜ ਤੇ ਕਾਫੀ ਵਧੀਆ ਤਰੀਕੇ ਦੇ ਨਾਲ ਨਿੱਘਾ ਨਿੱਘਾ ਲੱਗ ਰਿਹਾ ਕਿਉਂਕਿ ਕੱਲ੍ਹ ਸਾਰਾ ਦਿਨ ਮੀਂਹ ਪੈਂਦਾ ਰਿਹਾ ਅਤੇ ਬਹੁਤ ਬੁਰਾ ਹਾਲ ਸੀ ਮੀਂਹ ਦੇ ਨਾਲ ਜਿਹਦੇ ਕਰਕੇ ਠੰਡ ਲੱਗੀ ਹੋਈ ਤੇ ਇੱਥੇ ਕੰਢਿਆ ਨਹਾ ਕੇ ਨਿਆਣੇ ਇੱਧਰ ਵੇਖ ਲਓ ਓਏ 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 ਤੇ ਮਾਤਾ ਨੇ ਅੱਗੇ ਸੌਲ ਕੀਤਾ ਹੋਇਆ ਕਿ ਧੁੱਪ ਜ਼ਿਆਦਾ ਨਾ ਲੱਗੇ ਕਿਉਂਕਿ ਹੁਣੇ ਨਹਾਤੇ ਆ ਤੇ ਧੁੱਪ ਚੁੱਭਣ ਵੀ ਡਈ ਆ ਧੁੱਪ ਨਿੱਘੀ ਨਿੱਘੀ ਦੇ ਨਾਲ ਕਰਦੇ ਪਏ ਆ ਬੱਚੇ ਇੱਧਰ ਗੁੱਗੂ ਨੇ ਬਣਾ ਲਿਆ ਗੁੱਗੂ ਕਿੱਥੇ ਓਏ ਗੁੱਗੂ ਸਾਰੇ ਮਾਤਾ ਦੀ ਬੁੱਕਲ 'ਚ ਵੜੇ ਹੋਏ ਆ ਨਿੱਘ ਦੇ ਵਿੱਚ ਵਿੱਚ ਤੇ ਮਾਤਾ ਨੇ ਆਪਣੇ ਸੌਲ ਦੇ ਵਿੱਚ ਤੇ ਬੜੇ ਵਧੀਆ ਤਰੀਕੇ ਦੇ ਨਾਲ ਸੌਲ ਦੀ ਸਾਂ ਕੀਤੀ ਹੋਈ ਹੈ ਤੇ ਨਾਲ ਦੀ ਨਾਲ ਧੁੱਪ ਛੇਕਦੇ ਪਏ ਆਓ ਵੇਖੋ ਵਾਚ ਮਾਂ ਦਾ ਹਾਂ ਬੋਲ ਹਾਂ ਬੋਲ ਉਰੇ ਹੋ ਜਾ ਕਹਿੰਦਾ ਹਾਂ ਬੋਲ ਕੀ ਹਾਲ ਚਾਲ ਕਹਿ ਮੈਂ ਨਹਾਈ ਕਰ ਲਈ ਕਹਿ ਮੈਂ ਨਹਾਈ ਕਰ ਲਈ ਹੈ ਮਾਈ ਨਹਾਈ ਕਰ ਲਈ ਤੇ ਇੱਧਰ ਜੈ ਨੇ ਵੀ ਨਹਾਈ ਕਰ ਲਈ ਹੈ ਤੇ ਆਪਾਂ ਕਰ ਲਈ ਨਹਾਈ ਆਪਾਂ ਸਵੇਰੇ ਕਰ ਲਈ ਸੀ ਤੇ ਜੈ ਵੇਖੋ ਪੁੱਠੀਆਂ ਹੁੰਦਾ ਪਿਆ ਆਓ ਵੇਖੋ ਹਾਂਜੀ ਹਾਂਜੀ ਪੁੱਤ ਹਾਂਜੀ ਪੁੱਤਰ ਜੀ ਦੁਕਾਨ ਤੇ ਜਾਂਗੇ ਤੇ ਨਾਲ ਲੈ ਜੀ ਮੈਨੂੰ ਲੈ ਕੇ ਕਿਉਂ ਹਾਂ ਤੇਰੀ ਵੀਡੀਓ ਬਣਦੀ ਪਈ ਏ ਕਿੱਥੇ ਗਿਆ ਜੈ ਸ਼ਾਮੇ ਚੱਲ ਗਿਆ ਹੌਲੀ ਹੌਲੀ ਤੇ ਬੱਚੇ ਖੇਡਦੇ ਪਏ ਆ ਧੁੱਪੇ ਨਹਾ ਕੇ ਤੇ ਅੱਜ ਦਾ ਵਲੌਗ ਜਿਹੜਾ ਆ ਸਟਾਰਟ ਕਰ ਲਿਆ ਆ ਤੇ ਕੰਟੀਨਿਊ ਬਣੇ ਰਹੋ ਵਲੌਗ ਦੇ ਨਾਲ ਤੇ ਜੇਕਰ ਤੁਸੀਂ ਚੈਨਲ ਦੇ ਉੱਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਲਓ ਤਾਂ ਕਿ ਆਉਣ ਵਾਲੇ ਵਲੌਗ ਆ ਜਿਹੜੇ ਮਿਲ ਸਕਣ ਤੁਹਾਨੂੰ ਬੜੇ ਆਰਾਮ ਦੇ ਨਾਲ ਤੇ ਆਪਣੀ ਦਾੜੀ ਥੋੜ੍ਹੀ ਥੋੜ੍ਹੀ ਵੱਡੀ ਹੋ ਗਈ ਆਪਾਂ ਕਰ ਲਈਏ ਸ਼ੇਵ ਤੇ ਬਾਕੀ ਜਿਹੜੀ ਦਾੜੀ ਸ਼ੇਵ ਕਰਕੇ ਫਿਰ ਅੱਗੇ ਕੰਟੀਨਿਊ ਚੱਲਦੇ ਹਾਂ ਮੈਂ ਥੋੜ੍ਹਾ 7 'ਤੇ ਆਇਆ ਸੀ ਮੈਂ ਕਿਹਾ ਚਲੋ 7 'ਤੇ ਵੀ ਜਾ ਕੇ ਥੋੜ੍ਹਾ ਦੇਖਦੇ ਹਾਂ ਮਾਹੌਲ ਚਾਲ ਵੀ ਉੱਪਰ ਕਿਵੇਂ ਦਾ ਆ ਇੱਧਰਲੀ ਸਾਈਡ 'ਤੇ ਮੇਰੇ ਸੂਰਜ ਆ ਮੈਂ ਤੁਹਾਨੂੰ ਬੈਕ ਕੈਮਰੇ 'ਤੇ ਇਹ ਦੇਖੋ ਸੂਰਜ ਕਾਫੀ ਜ਼ਿਆਦਾ ਤੇਜ਼ ਧੁੱਪ ਜਿਹੜੀ ਆ ਰਹੀ ਹੈ ਥੱਲੇ ਅਤੇ ਮੈਂ ਸੂਰਜ ਦੇ ਓਪੋਜਿਟ ਇਸ ਟਾਈਮ ਖੜ੍ਹਾ ਹੋਇਆ ਵਾਂ ਅਤੇ ਅੱਖਾਂ ਨੂੰ ਚੁੱਭ ਰਹੀ ਧੁੱਪ ਨਿੱਘੀ ਨਿੱਘੀ ਧੁੱਪ ਬੜਾ ਮਸਤ ਜੀ ਧੁੱਪ ਲੱਗੀ ਹੋਈ ਹੈ ਅਤੇ ਕਾਫੀ ਵਧੀਆ ਨਜ਼ਾਰਾ ਆ ਰਿਹਾ ਆ ਹਵਾ ਵੀ ਚੱਲਦੀ ਪਈ ਹੈ ਪਰ ਹਵਾ ਦੇ ਨਾਲ ਨਾਲ ਜਿਹੜੀ ਧੁੱਪ ਲੱਗੀ ਹੋਈ ਉਹ ਕਾਫੀ ਨਜ਼ਾਰੇਦਾਰ ਹੈ ਅਤੇ ਇੱਧਰ ਇੱਕ ਗੱਦਾ ਜਿਹੜਾ ਸੁੱਕਣੇ ਪਾਇਆ ਹੋਇਆ ਜੈਨ ਸ਼ਾਇਦ ਬਾਥਰੂਮ ਕਰਕੇ ਗਿੱਲਾ ਕੀਤਾ ਹੋਏਗਾ ਇਸੇ ਕਰਕੇ ਸੁੱਕਣੇ ਪਾਇਆ ਅਤੇ ਬਾਕੀ ਸਾਹਮਣੇ ਦੇਖ ਸਕਦੇ ਹੋ ਉਹ ਨੀਲੇ ਨੀਲੇ ਬੱਦਲਾਂ ਦੇ ਵਿੱਚ ਜਿਹੜੇ ਸਾਡੇ ਝੁੱਲਦੇ ਪਏ ਨੇ ਜੀ ਨੀਲੇ ਨੀਲੇ ਬੱਦਲਾਂ ਦੇ ਵਿੱਚ ਨਿਸ਼ਾਨ ਸਾਹਿਬ ਝੁੱਲਦੇ ਪਏ ਨੇ ਅਤੇ ਬਹੁਤ ਸੋਹਣਾ ਦ੍ਰਿਸ਼ ਆ ਬਾਕੀ 7 ਉੱਤੇ ਆਉਣ ਦਾ ਮਕਸਦ ਇਹ ਸੀ ਕਿ ਧੁੱਪ ਤੁਹਾਨੂੰ ਦਿਖਾ ਦਿੰਦੇ ਹਾਂ ਬਾਕੀ ਗੱਲਬਾਤ ਕਰਾਂਗੇ ਆਪਾਂ ਕੰਟੀਨਿਊ ਰੱਖਾਂਗੇ ਅਤੇ ਫਿਲਹਾਲ ਥੱਲੇ ਚੱਲਦੇ ਹਾਂ ਦੇਖਦੇ ਹਾਂ ਥੱਲੇ ਦਾ ਕੀ ਮਾਹੌਲ ਆ ਯਾਰ ਗੱਲ ਇਸ ਤਰ੍ਹਾਂ ਹੈ ਕਿ ਥੋੜ੍ਹਾ ਜਿਹਾ ਸ਼ੇਵ ਕਰਨ ਨੂੰ ਦਿਲ ਨਹੀਂ ਕਰਨ ਡਿਆ ਮੌਸਮ ਤਾਂ ਚਲੋ ਵਧੀਆ ਪਰ ਸ਼ੇਵ ਕਰਨ ਨੂੰ ਫਿਰ ਵੀ ਦਿਲ ਨਹੀਂ ਕਰਨ ਡਿਆ ਜਿੱਦਾਂ ਦੀ ਹੈਗੀ ਠੀਕ ਆ ਅਗਲੇ ਵਲੌਗ 'ਚ ਜਿਹੜਾ ਸ਼ੇਵ ਕਰ ਲਾਂਗੇ ਅਤੇ ਫਿਲਹਾਲ ਨੀਂਦ ਆਉਣ ਡਈ ਨੀਂਦ ਪਤਾ ਨਹੀਂ ਕਿਉਂ ਆਉਣ ਡਈ ਹੈ ਲੱਤ 'ਚ ਥੋੜ੍ਹੀ ਜਿਹੀ ਦਰਦ ਜੀ ਹੋ ਰਹੀ ਪੇਨ ਹੋ ਰਹੀ ਲੱਤਾਂ 'ਚ ਅਤੇ ਆਪਾਂ ਥੋੜ੍ਹੀ ਰੈਸਟ ਕਰ ਲੈਂਦੇ ਹਾਂ ਰੈਸਟ ਕਰਨ ਤੋਂ ਪਤਾ ਤੁਹਾਨੂੰ ਦੁਬਾਰਾ ਮਿਲਦੇ ਹਾਂ ਅਤੇ ਦੋਸਤੋ 15-20 ਮਿੰਟ ਤੋਂ ਜ਼ਿਆਦਾ ਧੁੱਪੇ ਨਹੀਂ ਸੁੱਤਾ ਗਿਆ ਧੁੱਪ ਜਿਵੇਂ ਕਿ ਮੇਰੇ ਬਿਲਕੁਲ ਸਾਹਮਣੇ ਅੱਖਾਂ ਵੀ ਨਹੀਂ ਖੁੱਲਦੀਆਂ ਪਈਆਂ ਧੁੱਪੇ ਅਤੇ ਸੋਇਆ ਸੀ ਮੈਂ ਥੋੜ੍ਹੀ ਰੈਸਟ ਕੀਤੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਨੀਚੇ ਗੱਦਾ ਪਾ ਕੇ ਅਤੇ ਸੁੱਤਾ ਪਿਆ ਸੀ ਅਤੇ ਸੂਰਜ ਬਿਲਕੁਲ ਮੇਰੇ ਇਸ ਸਾਹਮਣੇ ਇਸ ਟਾਈਮ ਆ ਗਿਆ ਆ ਅਤੇ ਕਾਫੀ ਵਧੀਆ ਸਕੂਨ ਮਿਲਿਆ ਪਰ ਧੁੱਪ ਬਹੁਤ ਜ਼ਿਆਦਾ ਚੁੱਭ ਰਹੀ ਹੈ ਇਸ ਕਰਕੇ ਆਪਾਂ ਕੋਸ਼ਿਸ਼ ਕਰਦੇ ਉੱਠਦੇ ਹਾਂ ਅਤੇ ਥੱਲੇ ਚੱਲਦੇ ਹਾਂ ਅਤੇ ਜੇ ਸੌਣਾ ਥੋੜ੍ਹੀ ਦੇਰ ਹੋਰ ਤਾਂ ਥੱਲੇ ਜਾ ਕੇ ਸੌ ਜਾਂਦੇ ਹਾਂ ਉੱਪਰ ਤਾਂ ਜਿਹੜਾ ਆ ਬਹੁਤ ਬੁਰਾ ਹਾਲ ਹੋ ਗਿਆ ਗਰਮੀ ਨਾਲ ਅਤੇ ਕਿਉਂਕਿ ਅਜੇ ਜਿਹੜੀ ਗਰਮੀ ਵੀ ਧੁੱਪ ਇੰਨੀ ਜ਼ਿਆਦਾ ਸੇਕ ਵੀ ਨਹੀਂ ਸਕਦੇ ਕਿਉਂਕਿ ਸਿਆਲ 'ਚ ਵੀ ਬਹੁਤ ਜ਼ਿਆਦਾ ਧੁੱਪ ਲੱਗੀ ਹੋਈ ਅਤੇ ਘੱਟ ਹੀ ਛੇਕੀ ਜਾਂਦੀ ਹੁੰਦੀ ਹੈ ਅਤੇ ਹੁਣ ਧੁੱਪ ਨੇ ਕੱਢ ਦਿੱਤੇ ਵੱਟ ਅਤੇ ਆਪਾਂ ਚੱਲਦੇ ਹਾਂ ਥੱਲੇ ਝੱਟ ਪੱਟ ਜਾਣਾ ਪੈਣਾ ਥੱਲੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਲੱਗਣ ਲੱਗ ਪਈ ਹੈ ਪਸੀਨਾ ਆ ਗਿਆ ਆ
ठीक है दोस्तों, थले जाके गलबात करते हैं, वेखते हैं की माहौल बनया। दोस्तों भुख अपन लग गई थी तो आप आ गए थले, तो हूँ आप खा लें फुलका। तो लंच च बनया की है वो आप तुम दस ही दें कि बनया। अपने है फुलके, ये हैगी दाल, मां राजमा जड़े बने हुए रात के उ दाल पई हुई है, काफ़ी ज़्यादा बनी हुई ही, यह करके वह कि दाल मुक्की नहीं सी। तो आप हम दोपहर में यो खा लेने, सवेरे भी बन गए सी आलू नहीं गोभी वाले परौंठे, तो वह खा ले, दाल बची रही है। तो हूँ आप दाल विच थोड़ी जी मलाई पाई है, तो आप चलते हैं। तकरीबन सारे सौ रहे हैं, उधर बापू भी सुते हुए आ, तो आप चलते हैं अंदर। अंदर जय सुता हुआ उन्हें उठ पैना है, इस करके आप आ जाने अपने मंजे से। तो ठीक है दोस्तों, आप कर लें लंच, तो फिर आप मिलते हैं तुम। अपनी आ गई है जी चाह, चाह बनती पई है, तो चाह बन चली है, तो इधर दुध है। आ परौंठा मंगन डी, कहती मैनू दे नहीं खाना, दे इधर चाह बनती पी, चाह गड़क गई है, दुध पैन लग गया आ, वेरी गुड। किन्ने गुस्से लग गए, कहती दुध ही पींदा होर की पींदा आ, ते कोई गल नहीं फिर दुध ही पींदा जी भैन जी, ते चाह बन चली है, फिर चाह पीने, फिर चलते दुकान ते। न्याणे दोवे सुते आ, अज न्याण के नाल ज्यादा इंटरफेस नहीं हो पाया, न्याणे उठन के फिर आप करांगे न्याणे दे नाल गलबात। चलो ठीक है, फिलहाल चाह पीने बन जल्दी। तो दोस्तों चाह अपनी आ गई है, गिलास भर के, तो गिलास भर के चाह पी लें। उठ पिया आ जी, जय उठ गया। हैलो जय, तू उठ गई है? मैं चाह पीन लग्या जी, जय की आवाज आई, तो जय अंदर नहाता पिया जी, नहाता पिया जी कि चीका मारता पाया, कि वाजा मारता पाया सी, ओए ओए ओए। तो चलो जी जय उठ गया आ, तो हम जय भी बहर लै जाने है ना, जय चलिए बहर। आप इधर गुगू भी उठ गया आ, सारे उठ गए। ओ गुगू फिर उठ गए, चलो जी। अच्छा कह, हाँ रावण आ गया, रावण दिवाली पर फिर आएगा। तू गुगू ना? मैं नहीं पता तू गुगू ना। की अच्छा गुगू का मूंह करा, कहता प्यो का मूंह नहीं वेखना, गुगू वाला मूंह कर। लो जी गुगू का मूंह करता, गुगू का मूंह करना मतलब होता भी मेरे वालों कैमरा करो। नहीं दाड़ी अज नहीं पुत कटी, चुभदी है दाड़ी, चुभदी है तू फोटो कितना खिंचना, तू नहीं फोटो खिंचना, मैं फोटो खिंचना। अपना गुगू बोस, तो गुगू सुता उठ के आया सी, ते रोटी राटी खाधी है सारे ने, आप चाह पीती है। बल्ले बल्ले की हो गया, अच्छा बगे बगे बिल्लियां दा की करेंगी, गाना कौन है? हां
गुगू अपनी भाषा जी इजाद की हुई है। ये एक नवी भाषा आ गई है जी गुगू ने बनाई हुई अपनी तो बोलता है अनुने जो समझ आती सीखनी पैनी है। आवो वाचो हेलो दोस्तों। चलो दोस्तों अज गुगू दे नाल काफी गल्लां कर लईआं। गुगू जी भी ते गुगू दे नाल आपां काफी खेडां कर लईआं। लावा बस फोटो खिंची गई है ना। तो मेरे ख्याल नाल काफी लंबा हो गया ब्लॉग। तो आपां ब्लॉग नूं अज इत्थे समाप्त कर लैंदे आं। जेकर तुसीं चैनल दे उत्ते नवें हो तां चैनल नूं सबसक्राइब करके बैल दा बटन दबा लो ताकि आने वाले वीडियो मिल सकन तुहानूं बड़े आराम दे नाल। वीडियो नूं लाइक करो क्या लाइक कर देना ते चैनल नूं सबसक्राइब कर देना। चैनल नूं सबसक्राइब कर देना ते मिलदे आं अगले व्लॉग च। बाय बाय कर दो। हाँ जी।